ਪੂਰੇ ਹੋਏ ਪਏ ਉੱਥੇ ਫਿਰ ਫੁਰ ਪਾੜਿਆ ਪਿਆ ਸੀਗਾ ਖੇਤ ਫਿਰ ਪਏ ਅੱਗੇ ਡੇਲੀ ਜਾਂਦਾ ਖੇਤ ਗੇੜਾ ਮਾਰ ਕੇ ਆਉਂਦਾ ਜੀ ਲੁੱਟ ਖੋਲ ਲੱਗਦਾ ਸਾਈਕਲ ਹੈ ਨੀਗਾ ਸਾਈਕਲ ਉਹਦੇ ਕੋਲ ਸੀਗਾ ਸਾਈਕਲ ਵੀ ਹੈ ਨੀ ਉੱਥੇ ਮੋਗਾ ਦੇ ਪਿੰਡ ਭਿੰਡਰ ਕਲਾਂ ਵਿੱਚ ਇੱਕ ਕਿਸਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸਾਨ ਜਿਸ ਦੀ ਪਹਿਚਾਣ ਰਣਜੀਤ ਸਿੰਘ ਵਜੋਂ ਹੋਈ ਹੈ ਉਹ ਬੀਤੀ ਸ਼ਾਮ 5 ਵਜੇ ਖੇਤ ਗੇੜਾ ਮਾਰਨ ਗਿਆ ਸੀ ਅਤੇ ਦੇਰ ਰਾਤ ਤੱਕ ਘਰ ਨਾ ਪਰਤਣ ਤੇ ਜਦ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕੀਤੀ ਅਤੇ ਖੇਤ ਜਾ ਕੇ ਵੇਖਿਆ ਤਾਂ ਉੱਥੇ ਰਣਜੀਤ ਸਿੰਘ ਦੀ ਖੂਨ ਨਾਲ ਲੱਥਪੱਥ ਹੋਈ ਲਾਸ਼ ਮਿਲੀ। ਇਸ ਘਟਨਾ ਮਗਰੋਂ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ। ਇਸ ਸੰਬੰਧੀ ਗੱਲਬਾਤ ਕਰਦੇ ਮ੍ਰਿਤਕ ਦੇ ਪੁੱਤਰ ਨੇ ਕੀ ਦੱਸਿਆ ਆਓ ਸੁਣਦੇ ਹਾਂ। ਕਿਸ ਤਰ੍ਹਾਂ ਮੌਤ ਹੋਈ, ਕਿਸ ਹਾਲਤ ਦੇ ਵਿੱਚ ਤੁਹਾਨੂੰ ਮਿਲੇ, ਕਦੋਂ ਪਤਾ ਲੱਗਿਆ? ਰਾਤੀ ਪਤਾ ਲੱਗਾ ਜੀ, ਉਹ ਖੇਤ ਗਏ 5 ਵਜੇ ਗਏ ਸੀਗੇ, ਘਰੋਂ ਅੱਗੇ ਵੀ ਜਾਂਦੇ ਡੇਲੀ ਗੇੜਾ ਮਾਰਨ। ਜਦੋਂ ਉੱਥੇ ਜਾ ਕੇ ਵੇਖਿਆ, ਉਦੋਂ ਬਾਅਦ 'ਚ ਗਿਆ ਸੀ ਵੱਡਾ ਭਰਾ, ਉਹਨੇ ਵੇਖਿਆ ਜਾ ਕੇ ਉਹ ਪੂਰੇ ਹੋਏ ਪਏ, ਉੱਥੇ ਫਿਰ ਫੁਰ ਪਾੜਿਆ ਪਿਆ ਸੀਗਾ ਖੇਤ ਫਿਰ ਪਏ। ਕਿਸੇ ਨਾਲ ਲਾਗ ਡਾਟ ਸੀ ਜਾਂ ਕੋਈ? ਨਹੀਂ, ਕੋਈ ਲਾਗ ਡਾਟ ਨਹੀਂ ਸੀ ਕਿਸੇ ਨਾਲ, ਕੋਈ ਵੀ ਨਹੀਂ। ਅੱਗੇ ਡੇਲੀ ਜਾਂਦਾ ਖੇਤ ਗੇੜਾ ਮਾਰ ਕੇ ਆਉਂਦਾ ਜੀ। ਲੁੱਟ ਖੋਲ ਲੱਗਦਾ ਸਾਈਕਲ ਹੈ ਨੀਗਾ ਸਾਈਕਲ ਉਹਦੇ ਕੋਲ ਸੀਗਾ ਸਾਈਕਲ ਵੀ ਹੈ ਨੀ ਉੱਥੇ ਸਾਈਕਲ ਵੀ ਲੈ ਗਏ ਜੀ। ਪੈਸੇ ਹੈਗੇ, ਪੈਸੇ ਜੇਬ 'ਚ ਸੀ ਉਹਦੇ, ਉਵੇਂ ਸੀਗੇ ਮੋਬਾਈਲ ਦੱਸਦਾ ਸੀਗਾ ਕੋਲ ਜੀ। ਹਾਂਜੀ, ਕੀ ਮੰਗ ਕਰਦੇ? ਮੰਗ ਤਾਂ ਕੁਛ ਨਹੀਂ ਕਰਦੇ, ਬਸ ਇਹ ਹੀ ਉਹਨੂੰ ਪਤਾ ਲੱਗ ਜੇ ਸਾਨੂੰ ਕਿਹੜੇ ਬੰਦਿਆਂ ਨੇ ਕੀ ਕੀਤਾ ਜੀ। ਇਹ ਤਾਂ ਜੀ ਸ਼ਾਮ ਨੂੰ 5 ਵਜੇ ਗੇੜਾ ਮਾਰਨ ਗਿਆ ਸੀ ਖੇਤ ਨੂੰ ਆਪਣੇ, ਕਿ ਜਦੋਂ 9:15 ਨਹੀਂ ਆਇਆ ਘਰੇ, ਅਤੇ ਇਹਦਾ ਬੇਟਾ ਅਤੇ ਇੱਕ ਗੁਆਂਢੀ ਅਮਰੀਕ ਸਿੰਘ ਇਹ ਗਏ ਦੋਵੇਂ। ਉੱਥੇ ਜਾ ਕੇ ਜਦੋਂ ਇਹਨਾਂ ਨੇ ਵੇਖਿਆ ਵੀ ਡੈੱਡ ਬੋਡੀ ਮੁੱਧੀ ਪਈ ਸੀ, ਇਹਨਾਂ ਨੇ ਇਹ ਨਹੀਂ ਸਿਆਣਾ ਵੀ ਇਹ ਸਾਡਾ ਪਹਿਲਾਂ। ਮੁੜ ਕੇ ਜਦੋਂ ਇਹਨਾਂ ਨੇ ਲੱਗ ਕੇ ਵੇਖਿਆ ਵੀ ਤਾਂ ਸਾਡਾ ਹੀ ਹੈ। ਉਸ ਤੋਂ ਬਾਅਦ ਇਹਨਾਂ ਨੇ ਪਿੰਡ ਫੋਨ ਕੀਤਾ, ਫਿਰ ਅਸੀਂ ਮਗਰ ਗਏ ਜੀ। ਕਿਸ ਤਰ੍ਹਾਂ ਦੀ ਹਾਲਤ ਸੀਗੀ? ਇਹ ਬਹੁਤ ਸਾਦਾ ਬੰਦਾ ਸੀਗਾ ਜੀ, ਘਰੇਲੂ ਕੰਮ ਕਰਨ ਵਾਲਾ ਸੀਗਾ, ਅਤੇ 1.5 ਸਾਲ ਹੋ ਗਿਆ ਇਹਦੇ ਘਰ ਦੀ ਡੈੱਥ ਹੋਈ ਵੀ ਸੀ। ਕਦੋਂ ਕਿਤੇ ਬਾਹਰ ਜਾਂਦਾ ਨਹੀਂ ਸੀ, ਪੂਰਾ ਉਹਦਾ ਖੇਤੀ ਨਹੀਂ ਸੀ, ਪਸ਼ੂ ਡੰਗਰ ਦਾ ਕੰਮ ਜ਼ਿਆਦਾ, ਕੋਈ ਕਿਸੇ ਨਾਲ ਲਾਗ ਡਾਟ ਜਾਂ ਕੋਈ ਕਿਸੇ ਕਿਸਮ ਦਾ ਗੱਲ ਹੀ ਹੈ ਨਹੀਂ। ਲਾਸ਼ ਨੂੰ ਵੇਖ ਕੇ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਕਿਸਾਨ ਦਾ ਕਤਲ ਕੀਤਾ ਗਿਆ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ। ਚੜ੍ਹਦੀ ਕਲਾ ਟਾਈਮ ਟੀਵੀ ਲਈ ਮੋਗਾ ਤੋਂ ਸਰਬਜੀਤ ਰੋਲੀ ਦੀ ਖਾਸ ਰਿਪੋਰਟ।